ਹੈਲੋ ਐਵਰੀਵਨ, ਵੈਲਕਮ ਬੈਕ ਟੂ ਆਰ ਚੈਨਲ। ਆਈ ਹੋਪ ਯੂ ਗਾਈਜ਼ ਆਰ ਐਬਸੋਲੂਟਲੀ ਫਾਈਨ। ਇੱਕ ਨਵੇਂ ਵਲੌਗ ਦੇ ਵਿੱਚ ਤੁਹਾਡਾ ਫਿਰ ਤੋਂ ਵੈਲਕਮ ਕਰਦੇ ਹਾਂ। ਐਂਡ ਅੱਜ ਅਸੀਂ ਜਾ ਰਹੇ ਹਾਂ ਪਟਿਆਲੇ ਪੰਜਾਬੀ ਯੂਨੀਵਰਸਿਟੀ। ਮੇਰੇ ਨਾਲ ਲਖਵੀਰ ਜਾ ਰਿਹਾ, ਬਸ ਮੈਂ ਲਖਵੀਰ ਦੀ ਵੇਟ ਕਰ ਰਿਹਾ। ਫਿਲਹਾਲ ਮੈਂ ਕੋਨਸ ਪਿੰਡ ਦੇ ਕੋਲ ਖੜ੍ਹਾ, ਇੱਥੇ ਲਖਵੀਰ ਦੀ ਵੇਟ ਕਰ ਰਿਹਾ। ਲਖਵੀਰ ਜਦੋਂ ਹੀ ਆਏਗਾ ਅਤੇ ਨਾਲ ਦੀ ਨਾਲ ਤੁਰ ਪਾਂਗੇ ਅਸੀਂ। ਹਾਂਜੀ, ਲਖਵੀਰ ਪਹੁੰਚ ਚੁੱਕਿਆ ਅਤੇ ਫਿਲਹਾਲ ਅਸੀਂ ਆ ਗਏ ਹਾਂ ਪੈਟਰੋਲ ਪੰਪ 'ਤੇ, ਡੀਜ਼ਲ ਪਵਾਉਣੇ ਆ ਇੱਥੋਂ। ਪੈਟਰੋਲ ਪੰਪ ਤੋਂ ਪੈਟਰੋਲ ਪੰਪ ਨਾਮ ਹੈ, ਡੀਜ਼ਲ ਪਵਾ ਕੇ ਫਿਰ ਚੱਲਦੇ ਹਾਂ ਅੱਗੇ। ਪਟਿਆਲੇ ਪਹੁੰਚ ਕੇ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। ਪੰਪ ਇਕੱਲਾ ਨਾਮ ਜੇ ਨਹੀਂ ਨਹੀਂ ਸਟੇਸ਼ਨ ਹੈ, ਜੇ ਰਾਹ 'ਚ ਕਿਤੇ ਰੁਕੇ ਤਾਂ ਤੁਹਾਨੂੰ ਨਾਲ ਨਾਲ ਪਤਾ ਲੱਗਦਾ ਰਹੂਗਾ। ਹਾਂਜੀ, ਅਸੀਂ ਪਟਿਆਲੇ ਦੇ ਨੀਅਰ ਪਹੁੰਚ ਚੁੱਕੇ ਹਾਂ। ਭਵਾਨੀਗੜ੍ਹ ਸਾਨੂੰ ਜ਼ਿਆਦਾ ਟਾਈਮ ਲੱਗ ਗਿਆ ਕਿਉਂਕਿ ਉੱਥੇ ਬਹੁਤ ਜ਼ਿਆਦਾ ਟ੍ਰੈਫਿਕ ਸੀਗੀ, ਉਹ ਟ੍ਰੈਫਿਕ ਦਾ ਕਰਕੇ ਅਸੀਂ ਥੋੜ੍ਹਾ ਲੇਟ ਹੋ ਗਏ। ਅਤੇ ਜਾਂਦੇ ਜਾਂਦੇ ਅਸੀਂ ਇੱਕ ਢਾਬੇ 'ਤੇ ਰੁਕੇ ਹਾਂ, ਦਲਜੀਤ ਢਾਬਾ। ਤਾਂ ਇੱਥੇ ਅਸੀਂ ਥੋੜ੍ਹਾ ਜਿਹਾ ਖਾਣਾ ਪੀਣਾ ਕੀਤਾ ਵਾ ਕਿਉਂਕਿ ਜਾ ਕੇ ਹੋਸਟਲ 'ਚ ਰਹਾਂਗੇ ਅੱਜ, ਯੂਨੀਵਰਸਿਟੀ ਹੋਸਟਲ 'ਚ। ਅਤੇ ਉੱਥੇ ਮੈੱਸ ਦਾ ਖਾਣਾ ਖੁਣਾ ਖਾਵਾਂਗੇ ਅੱਜ। ਅਤੇ ਮੈੱਸ ਦਾ ਖਾਣਾ ਅਤੇ ਹੋਸਟਲ ਦਾ ਰਹਿਣਾ ਇਹ ਤੁਹਾਨੂੰ ਐਕਸਪੀਰੀਅੰਸ ਕਰਵਾਵਾਂਗੇ ਇਸ ਬਲੌਗ ਦੇ ਵਿੱਚ। ਲਓ ਜੀ, ਖਾਣਾ ਪੀਣਾ ਹੋ ਗਿਆ ਅਤੇ ਹੁਣ ਅਸੀਂ ਪਟਿਆਲੇ ਵੱਲ ਨੂੰ ਨਿਕਲਦੇ ਹਾਂ ਅਤੇ ਯੂਨੀਵਰਸਿਟੀ ਜਾ ਕੇ ਤੁਹਾਨੂੰ ਮਿਲਦੇ ਹਾਂ। ਲਖਵੀਰ ਉੱਧਰ ਹੱਥ ਧੋਣ ਗਿਆ, ਬਸ ਆਉਂਦਾ ਉਹ ਵੀ, ਅਤੇ ਫਿਰ ਚੱਲਦੇ ਹਾਂ। ਇਹ ਢਾਬਾ ਸੀ ਜਿੱਥੇ ਖਾਣਾ ਖਾਧਾ, ਬਹੁਤ ਵਧੀਆ ਖਾਣਾ ਬਣਾਇਆ ਇਹਨਾਂ ਨੇ, ਟੇਸਟੀ ਸੀਗਾ। ਅਤੇ ਚੱਲਦੇ ਹਾਂ ਬਸ ਹੁਣ। ਹਾਂਜੀ, ਵੈਲਕਮ ਬੈਕ। ਯੂਨੀਵਰਸਿਟੀ ਅਸੀਂ ਪਹੁੰਚ ਗਏ ਸੀ ਟਾਈਮ ਦੇ ਨਾਲ, ਬਟ ਕੋਈ ਵਲੌਗ ਨਹੀਂ ਕੀਤਾ ਹੈਗਾ ਬਿਕੋਜ਼ ਥੋੜ੍ਹਾ ਜਿਹਾ ਲੇਟ ਪਹੁੰਚੇ ਸੀਗੇ। ਅਤੇ ਜਿਹੜਾ ਕੰਮ ਸੀਗਾ ਸਾਨੂੰ ਉਹ ਅਸੀਂ ਕਰ ਲਿਆ। ਅਤੇ ਜਿਹੜਾ ਹੋਸਟਲ ਸੀਗਾ, ਹੋਸਟਲ ਦੀ ਮੈੱਸ ਬੰਦ ਹੋ ਗਈ ਸੀ, ਇਸ ਲਈ ਅਸੀਂ ਬਾਹਰ ਖਾਣਾ ਖਾ ਕੇ ਆਏ ਹਾਂ। ਅਤੇ ਸੁਬਹਾ ਤੁਹਾਨੂੰ ਹੋਸਟਲ ਬਾਰੇ ਚੰਗੀ ਤਰ੍ਹਾਂ ਦੱਸਾਂਗੇ, ਹੋਸਟਲ ਦੇ ਰੂਮ ਬਾਰੇ ਦੱਸਾਂਗੇ, ਰੂਮ 'ਚ ਕੀ ਫੈਸਿਲਿਟੀਜ਼ ਹੈਗੀਆਂ ਨੇ, ਕੀ ਕੁਛ ਯੂਜ਼ ਕਰ ਸਕਦੇ ਹੋ ਉਹਦੇ ਬਾਰੇ ਗੱਲ ਕਰਾਂਗੇ। ਅਤੇ ਇਸ ਤੋਂ ਇਲਾਵਾ ਮੈੱਸ ਦਾ ਖਾਣਾ ਕਿਸ ਤਰ੍ਹਾਂ ਦਾ, ਪਲੱਸ ਡਾਇਟ ਕਿੰਨੇ ਰੁਪਏ ਦੀ ਆ, ਅਤੇ ਉਹਦੇ ਬਾਰੇ ਤੁਹਾਨੂੰ ਦੱਸਾਂਗੇ। ਫਿਲਹਾਲ ਦੇ ਲਈ ਅਸੀਂ ਆਸੇ ਪਾਸੇ ਘੁੰਮ ਰਹੇ ਹਾਂ, ਘੁੰਮ ਕੇ ਅਤੇ ਫਿਰ ਹੋਸਟਲ ਜਾਵਾਂਗੇ। ਹਾਂਜੀ, ਫਾਈਨਲੀ ਅਸੀਂ ਹੋਸਟਲ ਦੇ ਰੂਮ ਦੇ ਵਿੱਚ ਪਹੁੰਚ ਚੁੱਕੇ ਹਾਂ, ਸਾਨੂੰ ਸੌਣ ਦੇ ਲਈ ਰੂਮ ਮਿਲ ਚੁੱਕਿਆ। ਅਤੇ ਹੁਣ ਤੁਹਾਨੂੰ ਰੂਮ ਟੂਰ ਦੇਵਾਂਗੇ। ਅਸੀਂ ਜਿਹੜਾ ਹੋਸਟਲ ਹੈ ਉਹ ਭਾਈ ਵੀਰ ਸਿੰਘ ਹੋਸਟਲ ਦੇ ਵਿੱਚ ਰਹਿ ਰਹੇ ਹਾਂ, ਸੀ ਬਲੌਕ ਦੇ ਵਿੱਚ। ਸਾਡਾ 90 ਨੰਬਰ ਰੂਮ ਹੈ। ਇੱਥੇ ਦੋ ਪਤਾ ਨਹੀਂ ਤਿੰਨ ਸਟੂਡੈਂਟਸ ਹੈਗੇ ਸੀਗੇ, ਉਹ ਮਤਲਬ ਕਿ ਉਹਨਾਂ ਨੂੰ ਸ਼ਿਫਟ ਕਰਤਾ, ਅਸੀਂ ਆਪ ਅਸੀਂ ਦੋਨੋਂ ਜਣੇ ਪੈ ਰਹੇ ਹਾਂ ਅੱਜ। ਫਿਲਹਾਲ ਇਹ ਰੂਮ ਦਾ ਗੇਟ ਹੈ, 90 ਨੰਬਰ ਰੂਮ ਗੇਟ। ਗੇਟ ਦੇ ਪਿੱਛੇ ਕਾਫੀ ਤੁਹਾਨੂੰ ਜਗ੍ਹਾ ਮਿਲ ਜਾਂਦੀ ਹੈ ਕੱਪੜੇ ਟੰਗਣ ਵਾਸਤੇ। ਅਤੇ ਹੋਸਟਲ ਦੇ ਰੂਮ ਦੇ ਵਿੱਚ ਇੱਕ ਟੇਬਲ ਅਤੇ ਇੱਕ ਚੇਅਰ ਤੁਹਾਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ, ਜਿੱਥੇ ਤੁਸੀਂ ਆਪਦਾ ਬੁੱਕਸ ਵਗੈਰਾ ਜਾਂ ਕੋਈ ਹੋਰ ਸਮਾਨ ਰੱਖਣਾ ਤਾਂ ਉਹ ਰੱਖ ਸਕਦੇ ਹੋ। ਇਸ ਤੋਂ ਇਲਾਵਾ ਬੈੱਡ ਮਿਲ ਜਾਂਦਾ, ਡਬਲ ਬੈੱਡ, ਅਤੇ ਉਹਦੇ ਨਾਲ ਦੋ ਗੱਦੇ ਵੀ ਇਹ ਪ੍ਰੋਵਾਈਡ ਕਰ ਦਿੰਦੇ ਨੇ। ਬਾਕੀ ਦਾ ਸਮਾਨ ਜਿਹੜਾ ਉੱਪਰਲੀ ਵਿਛਾਈ ਵਗੈਰਾ ਜਾਂ ਹੋਰ ਕੁਛ ਹੈ ਉਹ ਤੁਹਾਨੂੰ ਖੁਦ ਨੂੰ ਆਪਣਾ ਲੈ ਕੇ ਆਉਣਾ ਪੈਂਦਾ, ਉਹ ਹਮੇਸ਼ਾ ਹੋਸਟਲ ਦੇ ਵਿੱਚ ਇੱਦਾਂ ਹੀ ਰਹਿੰਦਾ। ਅਤੇ ਇੱਧਰਲੀ ਸਾਈਡ 'ਤੇ ਇੱਕ ਅਲਮੀਰਾ ਮਿਲ ਜਾਂਦੀ ਹੈ, ਕਾਫੀ ਵੱਡੀ ਅਲਮੀਰਾ, ਜਿਹਦੇ ਵਿੱਚ ਕਾਫੀ ਸਾਰੇ ਕੰਪਾਰਟਮੈਂਟਸ ਨੇ ਜਿੱਥੇ ਤੁਸੀਂ ਆਪਣੇ ਕੱਪੜੇ, ਬੁੱਕਸ ਜਾਂ ਜਿਹੜੇ ਸ਼ੂਜ਼ ਵਗੈਰਾ ਨੇ ਨੀਚੇ ਤਾਂ ਜਾਂ ਹੋਰ ਕੋਈ ਇਲੈਕਟ੍ਰੋਨਿਕ ਸਮਾਨ ਆ ਉਹ ਤੁਸੀਂ ਈਜ਼ਲੀ ਇੱਥੇ ਰੱਖ ਸਕਦੇ ਹੋ। ਇਹਦੇ ਉੱਪਰ ਵੀ ਇੱਕ ਕੰਪਾਰਟਮੈਂਟ ਹੈ ਜਿੱਥੇ ਤੁਸੀਂ ਆਪਣੇ ਬੈਗ ਵਗੈਰਾ ਪਲੇਸ ਕਰ ਸਕਦੇ ਹੋ। ਅਤੇ ਇੱਧਰਲੇ ਪਾਸੇ ਤੁਹਾਨੂੰ ਦੋ ਰੈਕ ਮਿਲ ਜਾਂਦੇ ਨੇ ਜਿੱਥੇ ਤੁਸੀਂ ਕਾਫੀ ਸਾਰਾ ਹੋਰ ਸਮਾਨ ਅਗਰ ਤੁਹਾਡੇ ਕੋਲ ਐਕਸਟਰਾ ਹੈਗਾ ਉਹ ਵੀ
ਇੱਥੇ ਰੱਖ ਸਕਦੇ ਹੋ, ਸਜਾ ਸਕਦੇ ਹੋ ਜਿਵੇਂ ਕਿ ਇੱਥੇ ਸਜਾਇਆ ਗਿਆ। ਅਤੇ ਇੱਧਰ ਬੋਰਡ ਲੱਗਣਾ ਸੀ, ਉਹ ਪੱਟਿਆ ਪੁੱਟਿਆ ਹੋਇਆ, ਤਾਂ ਇਹਨਾਂ ਨੇ ਐਕਸਟੈਂਸ਼ਨ ਲਗਾ ਰੱਖੀ ਹੈ। ਰੂਮ ਦੇ ਵਿੱਚ ਇੱਕ ਤੁਹਾਨੂੰ ਫੈਨ ਮਿਲ ਜਾਂਦਾ, ਇੱਕ ਲਾਈਟ ਮਿਲ ਜਾਂਦੀ ਹੈ। ਬਟ ਅਗਰ ਤੁਸੀਂ ਇਹ ਤੋਂ ਐਕਸਟਰਾ ਜਿਵੇਂ ਕਿ ਕੂਲਰ ਵਗੈਰਾ ਜਾਂ ਏਸੀ ਵਗੈਰਾ ਲਗਾਉਣਾ, ਤਾਂ ਉਹਦੇ ਲਈ ਤੁਹਾਨੂੰ ਐਕਸਟਰਾ ਪੇ ਕਰਨਾ ਪੈਂਦਾ, ਤਾਂ ਤੁਹਾਨੂੰ ਪੇ ਕਰਨਾ ਪਏਗਾ, ਤਦ ਹੀ ਤੁਸੀਂ ਇਹ ਚੀਜ਼ਾਂ ਕਰ ਸਕਦੇ ਹੋ। ਇਸ ਤੋਂ ਇਲਾਵਾ ਅਗਰ ਤੁਸੀਂ ਰੂਮ ਦੀਆਂ ਵਾਲਸ ਦੇਖੋ, ਰੂਮ ਤਾਂ ਵੈਸੇ ਛੋਟਾ ਜਿਹਾ ਹੀ ਆ, ਉੱਥੋਂ ਸ਼ੁਰੂ ਹੁੰਦਾ ਅਤੇ ਖਤਮ ਹੋ ਜਾਂਦਾ, ਛੋਟਾ ਜਿਹਾ ਰੂਮ ਹੈ, ਪਰ ਆਰਾਮ ਨਾਲ ਦੋ ਤਿੰਨ ਬੱਚੇ ਇੱਥੇ ਸਰਵਾਈਵ ਕਰ ਲੈਂਦੇ ਨੇ। ਜਿਹੜੀਆਂ ਇਹ ਰੂਮ ਦੀਆਂ ਵਾਲਸ ਨੇ, ਪਿਛਲੇ ਸਟੂਡੈਂਟਸ ਜਿਹੜੇ ਪੜ੍ਹ ਕੇ ਜਾਂਦੇ ਨੇ, ਉਹ ਵਧੀਆ ਇਹਨੂੰ ਡੈਕੋਰੇਟ ਕਰਕੇ ਜਾਂਦੇ ਨੇ। ਮਤਲਬ ਕੋਈ ਨਾ ਕੋਈ ਥੋਟ ਲਿਖਿਆ ਹੁੰਦਾ, ਕਿਸੇ ਨੇ ਕੁਛ ਨਾ ਕੁਛ ਲਿਖਿਆ ਹੁੰਦਾ, ਆਪਣਾ ਨਾਮ ਲਿਖਿਆ ਹੁੰਦਾ, ਜਾਂ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਓਪਰਚੁਨਿਟੀ ਬਾਰੇ ਗੱਲਬਾਤ ਕਰ ਰਿਹਾ ਹੁੰਦਾ, ਜਾਂ ਕੋਈ ਆਹ ਦੇਖੋ ਨੀਚੇ ਥੋਟ ਲਿਖੇ ਹੋਏ ਨੇ, ਬਹੁਤ ਵਧੀਆ ਵਧੀਆ ਕਿਸੇ ਬੱਚੇ ਦੇ, ਪਰ ਪੜ੍ਹਨ ਦੇ ਵਿੱਚ ਪਤਾ ਨਹੀਂ ਕਿਹੋ ਜਿਹੇ ਹੋਣਗੇ, ਥੋਟਸ ਵਗੈਰਾ ਵਧੀਆ ਲਿਖੇ ਹੋਏ ਨੇ ਇੱਥੇ। ਅਤੇ ਇੱਕ ਸਟੂਡੈਂਟਸ ਹੋਰ ਕੀ ਕਰਦੇ ਨੇ, ਜਿਵੇਂ ਆਹ ਇਸ ਤਰ੍ਹਾਂ ਦਾ ਪੇਪਰ ਜਿਹਾ ਮਿਲਦਾ ਹੁੰਦਾ ਹੈਗਾ, ਇਹ ਹਰ ਇੱਕ ਵਾਲ 'ਤੇ ਲਗਾ ਦਿੰਦੇ ਨੇ ਤਾਂ ਕਿ ਰੂਮ ਵਧੀਆ ਦਿਖੇ। ਜਦੋਂ ਅਸੀਂ ਪੜ੍ਹਦੇ ਸੀ, ਅਸੀਂ ਵੀ ਇੱਦਾਂ ਦੀਆਂ ਚੀਜ਼ਾਂ ਕਰਦੇ ਰਹਿੰਦੇ ਸੀਗੇ। ਸੋ ਇਹ ਛੋਟਾ ਜਿਹਾ ਰੂਮ ਹੈ, ਰੂਮ ਦਾ ਜਿਹੜਾ ਰੈਂਟ ਹੈ 6 ਮਹੀਨਿਆਂ ਦਾ 2500 ਤੋਂ 3000 ਦੇ ਵਿੱਚ ਰਹਿੰਦਾ, ਮੇ ਬੀ 3000 ਜਾਂ 2500, ਬਸ ਇਹਦੇ ਵਿੱਚ ਵੇਰੀਏਸ਼ਨ ਹੈ ਇਹਦੀ, ਇੰਨਾ ਕੁ ਹੈ। 6 ਮਹੀਨਿਆਂ ਦਾ ਇੰਨਾ ਘੱਟ ਖਰਚਾ, ਉੱਪਰ ਦੀ ਵਧੀਆ ਫੈਸਿਲਿਟੀ ਤੁਹਾਨੂੰ ਮਿਲ ਰਹੀ ਹੈ ਇੰਨੀ ਵਧੀਆ, ਅਤੇ ਮੈਨੂੰ ਲੱਗਦਾ ਬਹੁਤ ਵਧੀਆ ਗੱਲ ਹੈ, ਹੈ ਨਾ। ਅਤੇ ਇਹ ਹੋ ਗਿਆ ਸਾਡਾ ਰੂਮ ਦਾ ਜਿਹੜਾ ਟੂਰ ਹੈ, ਰੂਮ ਬਾਰੇ ਸਾਰੀ ਡਿਟੇਲ, ਅਤੇ ਜਿਹੜੀ ਮੈਸ ਦੀ ਡਿਟੇਲ ਆ ਉਹ ਤੁਹਾਨੂੰ ਸੁਬਾਹ ਦੇਵਾਂਗੇ ਅਸੀਂ। ਟਾਈਮ ਉਹ ਚੱਲਿਆ 11:45 ਦਾ, ਅਤੇ ਮੈਸ ਬਿਲਕੁਲ ਖਾਲੀ, ਸਿਰਫ ਅਸੀਂ ਦੋਨੇ ਜਣੇ ਫਿਰਦੇ ਹਾਂ, ਪਾਣੀ ਪੀ ਲਈ ਆਏ ਸੀ, ਸਾਨੂੰ ਨੀਂਦ ਆ ਜਾਣੀ ਨਹੀਂ, ਇਸੇ ਤਰ੍ਹਾਂ ਹੀ ਘੁੰਮਦੇ ਫਿਰਦੇ ਹਾਂ। ਹੈਲੋ ਜੀ, ਗੁੱਡ ਮੋਰਨਿੰਗ, ਸਵੇਰ 6 ਵਜੇ ਹੋਏ ਨੇ, ਅਤੇ ਇੱਧਰ ਕਿਸੇ ਵੀ ਰੂਮ ਦੇ ਵਿੱਚ ਕੋਈ ਵੀ ਆਵਾਜ਼ ਨਹੀਂ ਆ ਰਹੀ, ਸਾਰੇ ਸਟੂਡੈਂਟ ਸੁੱਤੇ ਪਏ ਨੇ, ਅਤੇ ਮੈਂ ਜਾ ਰਿਹਾ ਨੀਚੇ ਵਾਕ ਕਰਨ ਦੇ। ਹਾਂਜੀ, ਮੈਂ ਹੋਸਟਲ 'ਚ ਬਾਹਰ ਆ ਗਿਆ, ਅਤੇ ਤੁਹਾਨੂੰ ਇੱਕ ਇੰਟਰਸਟਿੰਗ ਜਿਹੀ ਚੀਜ਼ ਦਿਖਾਉਣਾ। ਇੱਧਰ ਦੇਖੋ, ਸਾਰੀਆਂ ਬਾਈਕਸ ਪੂਰੀਆਂ ਪ੍ਰੋਪਰ ਵੇ ਨਾਲ, ਸਾਰੀਆਂ ਅਰੇਂਜ ਨੇ, ਸਾਰੀਆਂ ਸਾਰੀਆਂ ਪ੍ਰੋਪਰ ਵੇ ਨਾਲ ਲੱਗੀਆਂ ਹੋਈਆਂ ਨੇ। ਅਤੇ ਇਹ ਸੀਗਾ ਹੋਸਟਲ ਸਾਡਾ, ਭਾਈ ਵੀਰ ਸਿੰਘ ਹੋਸਟਲ, ਹੋਸਟਲ ਨੰਬਰ 5। ਅਤੇ ਇੱਧਰ ਹੈਗਾ ਰੀਡਿੰਗ ਰੂਮ, ਅਤੇ ਇੱਧਰ ਹੈਗਾ ਇੱਥੇ ਗੈਸਟ ਰੂਮ, ਅਗਰ ਕੋਈ ਵੀ ਗੈਸਟ ਆਏਗਾ ਤਾਂ ਉਹ ਇੱਧਰ ਰਹੇਗਾ, ਅਤੇ ਸਾਹਮਣੇ ਨਾਲ ਰੀਡਿੰਗ ਰੂਮ ਹੈ। ਅਸੀਂ ਮਤਲਬ ਐਜ਼ ਏ ਸਟੂਡੈਂਟ ਹੀ ਆਏ ਸੀਗੇ, ਤਾਂ ਦੈਟਸ ਵਾਈ ਅਸੀਂ ਬਸ ਉੱਥੇ ਹੋਸਟਲ ਦੇ ਰੂਮ ਦੇ ਵਿੱਚ ਹੀ ਰੁਕੇ ਸੀਗੇ। ਅਤੇ ਇੱਧਰ ਨਾਲ ਨਾਲ ਕਰਕੇ ਇਹ ਹੋਸਟਲਸ ਨੇ, ਇੱਧਰ ਅਗਲਾ ਹੋਸਟਲ ਆ ਗਿਆ, ਇੱਕ ਇਹ ਹੋਸਟਲ ਹੈ, ਅਤੇ ਇੱਕ ਇਹਦੇ ਪਿਛਲੇ ਪਾਸੇ ਹੋਸਟਲ ਹੈ। ਇੱਕ ਵਾਰ ਹੋਸਟਲ ਦੇ ਬਾਹਰ ਦਾ ਵੀ ਚੱਕਰ ਲਗਾ ਕੇ ਆਉਂਦੇ ਹਾਂ, ਨਾਲੇ ਤੁਹਾਨੂੰ ਦਿਖਾਉਂਦੇ ਹਾਂ। ਅਸੀਂ ਰਾਤ ਨੂੰ ਬਹੁਤ ਜ਼ਿਆਦਾ ਲੇਟ ਸੁੱਤੇ ਸੀਗੇ, ਅਤੇ ਲਖਵੀਰ ਹਜੇ ਸੁੱਤਾ ਹੀ ਹੋਇਆ, ਮਤਲਬ ਲਗਭਗ 12:00-1 ਦਾ ਟਾਈਮ ਹੋ ਗਿਆ ਸੀ ਸਾਨੂੰ ਸੌਂਦਿਆਂ ਸੁੰਦਿਆਂ ਨੂੰ, ਪ੍ਰੋਪਰਲੀ ਨੀਂਦ ਆਈ ਨਹੀਂ ਹੈਗੀ, ਹੋਸਟਲ ਦੇ ਵਿੱਚ ਨੀਂਦ ਆਉਂਦੀ ਨਹੀਂ ਹੈਗੀ ਕਿਉਂਕਿ ਆਸੇ ਪਾਸੇ ਬਹੁਤ ਜ਼ਿਆਦਾ ਸ਼ੋਰ ਹੁੰਦਾ ਰਹਿੰਦਾ, ਸੋ ਮੈਂ ਉਹਨੂੰ ਜਗਾਇਆ ਨਹੀਂ ਹੈਗਾ, ਤਾਂ ਮੈਂ ਇਕੱਲੇ ਹੀ ਆ ਗਿਆ। ਪਹਿਲਾਂ ਕੱਲ੍ਹ ਸਾਡੇ ਨਾਲ ਇਹ ਹੋਇਆ ਸੀਗਾ ਕਿ ਵੀ ਅਸੀਂ ਦੋਨੋਂ ਬਾਹਰ ਆਵਾਂਗੇ ਸੁਬਹ ਸੁਬਹ ਅਤੇ ਬਲੌਗ ਕਰਾਂਗੇ, ਬਟ ਚਲੋ ਕੋਈ ਨਹੀਂ, ਅਤੇ ਮੈਂ ਇਕੱਲਾ ਆ ਗਿਆ, ਮੈਂ ਕਿਹਾ ਚਲੋ ਉਹਨੂੰ ਨੀਂਦ ਪੂਰੀ ਕਰ ਲੈਣਗੇ। ਲਓ ਜੀ, ਹੋਸਟਲ ਦੇ ਮੈਂ ਬਾਹਰ ਆ ਗਿਆ, ਇੱਥੇ ਨੇਮ ਵਗੈਰਾ ਲਿਖੇ ਹੁੰਦੇ ਨੇ ਹੋਸਟਲ ਦੇ, ਅਤੇ ਉਹ ਜਿਹੜੀ ਅੰਦਰੋਂ ਗੱਡੀ ਆ ਰਹੀ ਆ, ਇਹ ਸਵੇਰੇ ਸਵੇਰੇ ਮੈਸ ਦੇ ਲਈ ਸਮਾਨ ਜਿਹੜਾ ਹੈਗਾ ਉਹ ਡਿਲੀਵਰ ਕਰਕੇ ਜਾਂਦੀ ਹੈ। ਫਿਲਹਾਲ ਮੈਂ ਇੱਕ ਵਾਰ ਜਾ ਰਿਹਾ ਪਾਰਕਿੰਗ ਦੇ ਵਿੱਚ, ਗੱਡੀ ਚੈੱਕ ਕਰਕੇ ਆਉਣੀ ਆ, ਠੀਕ ਖੜੀ ਹੈ, ਕਿਤੇ ਉਹ ਨਾ ਕੋਈ ਲੈ ਜੇ। Sometimes I still hear your voice, it's telling me you'll catch my phone. ਲਓ ਜੀ, ਗੱਡੀ ਆਪਣੀ ਇੱਥੇ ਖੜੀ ਸੀ ਰਾਤ ਦੀ, ਇਹ ਪਾਰਕਿੰਗ ਆ ਯੂਨੀਵਰਸਿਟੀ ਦੀ ਜਿਹੜੀ ਕਿ ਮੇਨ ਗੇਟ 'ਤੇ ਆ, ਅਤੇ ਇੱਥੇ ਅਸੀਂ ਪਾਰਕ ਕਰਕੇ ਗਏ ਸੀ ਰਾਤ। ਤਰੇਲ ਇਹਦੇ ਉੱਪਰ ਪੂਰੀ ਫੁੱਲ ਪੈ ਚੁੱਕੀ ਆ, ਇੱਧਰ ਮੂਹਰੇ ਮਿਰਰ ਦੇ ਉੱਪਰ ਵੀ ਦੇਖੋ,
ਚਲੋ ਫਿਲਹਾਲ ਲੌਕ ਕਰਦੇ ਇਹਨੂੰ ਅਤੇ ਥੋੜ੍ਹਾ ਜਿਹਾ ਘੁੰਮਦੇ ਫਿਰਦੇ ਹਾਂ। ਲਓ ਜੀ, ਘੁੰਮਦੇ ਘੁੰਮਦੇ ਮੈਂ ਇਸ ਪਾਰਕ ਦੇ ਵਿੱਚ ਆ ਗਿਆ ਜਿਹੜਾ ਕਿ ਲੋਗੋ ਦੇ ਬਿਲਕੁਲ ਸਾਹਮਣੇ ਹੈ, ਅਤੇ ਇੱਧਰ ਬਿਲਕੁਲ ਸਾਹਮਣੇ ਹੈਗਾ ਮੇਨ ਗੇਟ ਯੂਨੀਵਰਸਿਟੀ ਦਾ। ਅਤੇ ਬਹੁਤ ਸਾਰੇ ਸਟੂਡੈਂਟਸ ਅੱਜ ਇਹਨੂੰ ਲੀਵ ਕਰ ਰਹੇ ਨੇ ਯੂਨੀਵਰਸਿਟੀ ਨੂੰ, ਬਿਕੋਜ਼ ਲਗਾਤਾਰ ਦੋ ਤਿੰਨ ਛੁੱਟੀਆਂ ਆ ਗਈਆਂ, ਅੱਜ ਦੀ, ਕੱਲ੍ਹ ਦੀ ਅਤੇ ਮੰਡੇ ਦੀ ਵੀ ਆ। ਮੰਡੇ ਹੋਲੀ ਦਾ ਕਰਕੇ ਆ, ਅੱਜ 23 ਮਾਰਚ ਹੈ ਸ਼ਹੀਦੀ ਦਿਹਾੜਾ ਭਗਤ ਸਿੰਘ ਜੀ ਦਾ, ਅਤੇ ਲਗਾਤਾਰ 3 ਛੁੱਟੀਆਂ ਆਉਣ ਕਰਕੇ ਅਤੇ ਸਟੂਡੈਂਟਸ ਨੇ ਜਿਹੜੇ ਉਹਨਾਂ ਨੇ ਕੱਲ੍ਹ ਹੀ ਹੋਲੀ ਸੈਲੀਬ੍ਰੇਟ ਕਰ ਲਈ ਆ ਅਤੇ ਅੱਜ ਆਪਦਾ ਸੁਬਹਾ ਸੁਬਹਾ ਘਰੇ ਨਿਕਲ ਰਹੇ ਨੇ। Sometimes I still hear your voice, it's telling me you'll catch my fall. So how do I feel the ground where my heart. ਫਿਲਹਾਲ ਜੀ ਮੈਂ ਲੋਗੋ ਦੇ ਅੱਗੇ ਆ ਕੇ ਬੈਠ ਗਿਆ। ਯੂਨੀਵਰਸਿਟੀ ਦਾ ਮੇਨ ਲੋਗੋ ਹੈ, ਇਹਦੇ ਵਿੱਚ ਇਸ ਤਰ੍ਹਾਂ ਦੀਆਂ ਰੂਮਸ ਤੁਹਾਨੂੰ ਦੇਖਣ ਨੂੰ ਮਿਲਣਗੇ ਆਸੇ ਪਾਸੇ। ਇਹ ਰੂਮਸ ਨੇ ਜਿਹੜੇ ਬਾਹਰ ਵੱਲ ਨੂੰ ਦਿਖ ਰਹੇ ਨੇ, ਅਤੇ ਇਹਨਾਂ ਦੇ ਵਿੱਚ ਰਿਲੀਜ਼ਨ ਨਾਲ ਰਿਲੇਟਡ ਅਲੱਗ ਅਲੱਗ ਰਿਲੀਜ਼ਨ ਨਾਲ ਰਿਲੇਟਡ ਲਿਟਰੇਚਰ ਜਿਹੜਾ ਹੈਗਾ ਉਹ ਸਾਂਭਿਆ ਹੋਇਆ, ਕੁਛ ਬੁੱਕਸ ਵਗੈਰਾ, ਕੁਛ ਮਤਲਬ ਇਸ ਤਰ੍ਹਾਂ ਦਾ ਲਿਟਰੇਚਰ ਜਿਹੜਾ ਇੱਥੇ ਸਾਂਭਿਆ ਹੋਇਆ। ਅਤੇ ਇਹ ਕੀ ਦਰਸਾ ਰਹੇ ਨੇ ਕਿ ਅਲੱਗ ਅਲੱਗ ਧਰਮ ਹੁੰਦੇ ਹੋਏ ਵੀ ਆਪਾਂ ਜਿਹੜੇ ਮੰਨਦੇ ਹਾਂ, ਅਲੱਗ ਅਲੱਗ ਧਰਮਾਂ ਨੂੰ ਮੰਨੀ ਜਾਂਦੇ ਹਾਂ, ਤਾਂ ਓਵਰਆਲ ਜਿਹੜਾ ਗੋਡ ਆ ਉਹ ਇੱਕ ਹੀ ਆ, ਤਾਂ ਉੱਪਰ ਵੱਲ ਨੂੰ ਇਹ ਇਸ਼ਾਰਾ ਕਰ ਰਿਹਾ ਇੱਕ ਵੱਲ ਨੂੰ। ਅਲੱਗ ਅਲੱਗ ਧਰਮ ਨੇ, ਟੋਟਲ 5 ਨੇ ਮੇਰੇ ਖਿਆਲ, ਇਹ ਰੂਮ 3 ਉੱਧਰਲੀ ਸਾਈਡ ਨੇ, 2 ਇੱਧਰਲੀ ਸਾਈਡ ਨੇ, ਮਤਲਬ 2 ਇੱਧਰਲੀ ਸਾਈਡ ਨੇ, 2 ਉੱਧਰਲੀ ਸਾਈਡ, 1 ਇੱਧਰਲੀ ਸਾਈਡ ਹੈ। ਸੋ 5 ਨੇ ਤਾਂ 5 ਧਰਮਾਂ ਨੂੰ ਰੀਪ੍ਰਜੈਂਟ ਕਰ ਰਿਹਾ। ਓਵਰਆਲ ਦੱਸ ਰਿਹਾ ਕਿ ਗੋਡ ਇੱਕੋ ਹੀ ਹੈ। ਰਿਐਲਿਟੀ ਜੀ ਇੱਦਾਂ ਹੀ ਹੈ, ਰੱਬ ਦੇ ਅਲੱਗ ਅਲੱਗ ਨਾਮ ਨੇ ਅਲੱਗ ਅਲੱਗ ਧਰਮ ਦੇ ਵਿੱਚ ਜਿਵੇਂ ਆਪਾਂ ਦੇਖਦੇ ਹਾਂ, ਅਤੇ ਅਲੱਗ ਅਲੱਗ ਧਰਮਾਂ ਨੂੰ ਆਪਾਂ ਪੂਜ ਰਹੇ ਹਾਂ, ਬਟ ਐਕਚੁਅਲ ਦੇ ਵਿੱਚ ਕੀ ਆ, ਕਹਿੰਦੇ ਨੇ ਵੀ ਰੱਬ ਇੱਕੋ ਹੀ ਆ। ਉਹ ਫਿਲਹਾਲ ਸੂਰਜ ਦੇਵਤਾ ਨੇ ਦਰਸ਼ਨ ਦੇ ਦਿੱਤੇ ਨੇ, ਅਤੇ ਮੈਂ ਲਖਵੀਰ ਨੂੰ ਕਾਲ ਕਰਕੇ ਪੁੱਛਦਾ ਅਗਰ ਉਹ ਫ੍ਰੀ ਹੋਇਆ ਤਾਂ ਉਹਨੂੰ ਵੀ ਮੈਂ ਇੱਥੇ ਬੁਲਾ ਲੈਂਦਾ, ਕਿਉਂਕਿ ਉਹਨੂੰ ਯੂਨੀਵਰਸਿਟੀ ਦਾ ਪਤਾ ਨਹੀਂ, ਫਸਟ ਟਾਈਮ ਆਇਆ ਉਹ। ਰਾਤ ਵੈਸੇ ਇੱਧਰ ਉੱਧਰ ਚੱਕਰ ਤਾਂ ਲਗਾਏ ਸੀ, ਬਟ ਉਹਨੂੰ ਜ਼ਿਆਦਾ ਮਤਲਬ ਰਸਤਿਆਂ ਦਾ ਪਤਾ ਨਹੀਂ ਹੈਗਾ, ਸੋ ਮੈਂ ਕਾਲ ਕਰਦਾ ਜੇ ਫ੍ਰੀ ਹੋਇਆ ਤਾਂ ਉਹਨੂੰ ਵੀ ਇੱਥੇ ਬੁਲਾ ਲੈਂਦੇ। ਲੋਗੋ ਦੇ ਮੈਂ ਦੂਸਰੀ ਸਾਈਡ ਆ ਗਿਆ, ਅਤੇ ਇੱਧਰਲੀ ਸਾਈਡ ਇਹ ਹੈਗਾ ਆਪਣਾ ਗੁਰੂ ਤੇਗ ਬਹਾਦਰ ਹਾਲ, ਅਤੇ ਇਹ ਹੈਗਾ ਕਲਾ ਭਵਨ। ਜਿਹੜਾ ਵੀ ਕੋਈ ਫੰਕਸ਼ਨ ਵਗੈਰਾ ਹੁੰਦਾ ਜਾਂ ਕੋਈ ਫੇਅਰ ਹੁੰਦਾ, ਕੋਈ ਮੇਲਾ ਹੁੰਦਾ, ਜਿਵੇਂ ਜੋਕ ਮੇਲਾ ਹੋ ਗਿਆ ਜਾਂ ਕੋਈ ਵੀ ਕਲਾ ਨਾਲ ਰਿਲੇਟਡ ਕੁਛ ਵੀ ਚੀਜ਼ ਹੁੰਦੀ ਆ, ਤਾਂ ਉਹ ਗੁਰੂ ਤੇਗ ਬਹਾਦਰ ਹਾਲ ਦੇ ਵਿੱਚ ਮਤਲਬ ਪ੍ਰੈਜੈਂਟ ਕੀਤੀ ਜਾਂਦੀ ਹੈ। ਅਗਰ ਇਸ ਤੋਂ ਇਲਾਵਾ ਕੋਈ ਪਲੇ ਵਗੈਰਾ ਤਾਂ ਉਹ ਕਲਾ ਭਵਨ ਦੇ ਵਿੱਚ ਪ੍ਰੈਜੈਂਟ ਕੀਤੀ ਜਾਂਦੀ ਆ। ਸੋ ਇਹ ਦੋ ਚੀਜ਼ਾਂ ਬਣੀਆਂ ਹੋਈਆਂ ਨੇ ਇੱਥੇ ਸਾਹਮਣੇ। ਫਿਲਹਾਲ ਲਖਵੀਰ ਨੂੰ ਕਾਲ ਕਰ ਲਈ ਹੈ ਮੈਂ, ਉਹ ਉੱਠ ਗਿਆ, ਤਾਂ ਉਹਨੂੰ ਲੈਣ ਜਾਂਦਾ ਮੈਂ, ਕਿਉਂਕਿ ਉਹਨੂੰ ਪਤਾ ਨਹੀਂ ਦੱਸੇ ਰੁੱਸੇ ਨੂੰ, ਅਤੇ ਫਿਰ ਬਾਕੀ ਦਾ ਵਲੌਗ ਸ਼ੂਟ ਕਰਦੇ ਹਾਂ। ਲਓ ਜੀ, ਦੁਬਾਰਾ ਹੋਸਟਲ ਦੇ ਵਿੱਚ ਪਹੁੰਚ ਗਏ ਹਾਂ, ਅਤੇ ਇੱਕ ਚੀਜ਼ ਮੈਂ ਗਲਤ ਭੁੱਲ ਗਈ ਸੀ, ਰੂਮ ਨੰਬਰ 90 ਬੋਲਿਆ ਗਿਆ, ਅਸਲ ਦੇ ਵਿੱਚ ਰੂਮ ਨੰਬਰ ਨਾ 70 ਆ। ਰੂਮ ਨੰਬਰ 90 ਜਿਹੜਾ ਹੈਗਾ ਉਹ ਮਤਲਬ ਮੇਰਾ ਰੂਮ ਨੰਬਰ ਹੁੰਦਾ ਸੀਗਾ, ਤਾਂ ਮੇਰੇ ਐਗਜੈਕਟਲੀ ਉਹੀ ਯਾਦ ਰਹਿੰਦਾ, ਤਾਂ ਜਿੱਥੇ ਕਿਤੇ ਵੀ ਜਾਂਦੇ ਤਾਂ ਉਹੀ ਰੂਮ ਨੰਬਰ ਆਪਾਂ ਮਤਲਬ ਬੋਲ ਦਿੰਦੇ ਹਾਂ। ਸੋ ਅਸਲ ਦੇ ਵਿੱਚ ਕਿੰਨਾ ਰੂਮ ਨੰਬਰ 70, ਨੋਟ 90। ਹੋਸਟਲ ਨੰਬਰ 5, ਭਾਈ ਵੀਰ ਸਿੰਘ ਹੋਸਟਲ। ਇਹ ਹੈਗਾ ਹੋਸਟਲ ਦਾ ਐਂਟਰੀ ਗੇਟ। ਐਂਟਰੀ ਗੇਟ ਵੜਦੇ ਸਾਰ ਹੀ ਸਾਹਮਣੇ ਵੀਰ ਸਿੰਘ ਜੀ ਦੀ ਫੋਟੋ ਲੱਗੀ ਹੋਈ ਹੈ, ਅਤੇ ਇਹੀ ਜਿਹੜੀ ਬਿਲਡਿੰਗ ਆ ਉਹ ਮੈਸ ਦੀ ਬਿਲਡਿੰਗ ਹੈ। ਸੋ ਆਪਾਂ ਜਾਣਾ ਇੱਧਰ ਸੀ ਬਲੋਕ ਦੇ ਵਿੱਚ, ਇਹ ਡੀ ਬਲੋਕ ਆ, ਇਹ ਸੀ ਬਲੋਕ ਆ। ਸੋ ਆਪਾਂ ਇੱਧਰ ਜਾਣਾ ਕਿਉਂਕਿ ਆਪਣਾ ਰੂਮ ਇੱਧਰ ਹੈ। ਲਓ ਜੀ, ਸਵੇਰ ਦੇ 8 ਵਜਣ ਵਾਲੇ ਨੇ, ਅਤੇ ਮੈਸ ਅਗੇਨ ਖਾਲੀ ਹੈ, ਅਸੀਂ ਮੈਸੇਜ ਆਏ ਸੀਗੇ, ਅਤੇ ਆਹ ਸਾਰਾ ਰੈਂਟ ਵਗੈਰਾ ਲਿਖਿਆ ਹੋਇਆ ਕਿਹੜੀ ਚੀਜ਼ ਕਿੰਨੇ ਕੁ ਦੀ ਮਿਲਦੀ ਆ।
ਸਵੇਰੇ ਪਰੌਂਠੇ ਮਿਲਦੇ ਨੇ, ਦੁਪਹਿਰ ਵੇਲੇ ਚਾਵਲ ਹੁੰਦੇ ਨੇ, ਦਾਲ ਹੁੰਦੀ ਆ ਅਤੇ ਕੜੀ ਬਣੀ ਹੁੰਦੀ ਆ ਕਦੇ ਕਦੇ, ਅਤੇ ਸ਼ਾਮ ਨੂੰ ਰੋਟੀ ਦਾਲ ਹੁੰਦੀ ਆ, ਠੀਕ ਹੈ। ਅਤੇ ਇਸ ਤਰ੍ਹਾਂ ਦਾ ਖਾਣਾ ਜਿਹੜਾ ਇਸ ਤੋਂ ਮਤਲਬ ਕਿ ਲੈਸ ਦਾ ਬਣਦਾ। ਹੁਣ ਅੱਜ ਸਵੇਰੇ ਜਲਦੀ ਨਹੀਂ ਬਣ ਰਿਹਾ ਖਾਣਾ, ਲੇਟ ਬਣੂਗਾ, ਸਾਨੂੰ ਥੋੜ੍ਹਾ ਜਿਹਾ ਕਾਹਲ ਹੈ ਜਾਣ ਦੀ ਕਿਉਂਕਿ ਅਸੀਂ ਇੱਕ ਦੋ ਜਗ੍ਹਾ 'ਤੇ ਹੋਰ ਵੀ ਜਾਣਾ। ਇਸ ਲਈ ਫਿਲਹਾਲ ਤੁਹਾਨੂੰ ਇੰਨੀ ਕੁ ਇਨਫੋਰਮੇਸ਼ਨ ਦੇ ਕੇ ਹੀ ਆਪਾਂ ਇੱਥੇ ਚੱਲਦੇ ਹਾਂ। ਮੈਸ ਦਾ ਖਾਣਾ ਖਾਣਾ ਅਧੂਰਾ ਹੀ ਰਹਿ ਗਿਆ ਕਿ ਨਹੀਂ, ਚਲੋ ਬਾਹਰੋਂ ਖਾਣਾ ਖਾਂਦੇ ਹਾਂ ਅਤੇ ਚੱਲਦੇ ਹਾਂ। ਹਾਂਜੀ, ਹੋਸਟਲ 'ਚੋਂ ਬਾਹਰ ਆ ਗਿਆ, ਤਿਆਰ ਤਿਉਰ ਹੋ ਗਏ ਸੀ ਅਸੀਂ, ਸਵੇਰ ਦਾ ਅਸੀਂ ਕੁਛ ਵੀ ਨਹੀਂ ਖਾਧਾ ਪੀਤਾ ਹੋਇਆ। ਬਾਹਰ ਜਾ ਕੇ ਬ੍ਰੇਕਫਾਸਟ ਕਰਦੇ ਹਾਂ, ਪਰੌਂਠੇ ਖਾਂਦੇ ਹਾਂ ਬਾਹਰ ਜਾ ਕੇ। ਅਤੇ ਵੈਸੇ ਤਾਂ ਮੈਸ ਦੇ ਵਿੱਚ ਖਾਣਾ ਸੀ ਅਤੇ ਨਾਲੇ ਤੁਹਾਨੂੰ ਵੀ ਐਕਸਪੀਰੀਅੰਸ ਕਰਾਉਣਾ ਸੀ ਖਾਣੇ ਵਗੈਰਾ ਦਾ, ਕਿੱਦਾਂ ਦਾ ਖਾਣਾ ਖੁਣਾ ਮਿਲਦਾ। ਪਰ ਥੋੜ੍ਹਾ ਰਾਤ ਵੀ ਨਹੀਂ ਜਾਇਆ ਗਿਆ, ਰਾਤ ਲੈਸ ਬੰਦ ਹੋ ਗਈ ਸੀ, ਸੁਬਹਾ ਹੁਣ ਮੈਸ ਅਜੇ ਚੱਲੂ ਹੀ ਨਹੀਂ ਹੋਈ ਹੈਗੀ, ਲੇਟ ਹੋ ਜਾਣਾ, ਤਾਂ ਇਸ ਤੋਂ ਵਧੀਆ ਅਸੀਂ ਬਾਹਰ ਜਾ ਕੇ ਖਾਣਾ ਖਾ ਲਈਏ। ਸੋ ਕਦੇ ਫੇਰ ਆਏ ਤਾਂ ਤੁਹਾਨੂੰ ਇਹ ਚੀਜ਼ ਜ਼ਰੂਰ ਐਕਸਪੀਰੀਅੰਸ ਕਰਾਵਾਂਗੇ। ਸੋ ਫਿਲਹਾਲ ਇਸ ਬਲੌਗ ਦਾ ਇੱਥੇ ਹੀ ਐਂਡ ਕਰਦੇ ਹਾਂ, ਅਦਰਵਾਈਜ਼ ਬਲੌਗ ਬਹੁਤ ਜ਼ਿਆਦਾ ਲੰਬਾ ਬਣ ਜਾਣਾ। ਸੋ ਮਿਲਦੇ ਹਾਂ ਅਗਲੇ ਬਲੌਗ ਦੇ ਵਿੱਚ, ਟੇਕ ਕੇਅਰ, ਬਾਏ ਬਾਏ।